ਜੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਅਤੇ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਖਾਸ ਕਰਕੇ ਸਾਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹ ਪ੍ਰੋਬਲਮਸ ਕੀ ਨੇ ਕਿ ਜਦੋਂ ਸਾਡਾ ਕਿਤੇ ਐਕਸੀਡੈਂਟ ਹੋ ਜਾਂਦਾ ਜਾਂ ਕੁਛ ਹੋਰ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ, ਅਸੀਂ ਸਾਡਾ ਕੋਈ ਬੋਨ ਫ੍ਰੈਕਚਰ ਹੋ ਗਈ, ਲੱਤ ਬਾਂਹ ਚੂਲਾ ਜਦੋਂ ਕਰੈਕ ਹੋ ਜਾਂਦਾ ਸੀ, ਉਸ ਤੋਂ ਬਾਅਦ ਉਹਦਾ ਓਪਰੇਸ਼ਨ ਹੁੰਦਾ ਅਤੇ ਉਹ ਕਈ ਵਾਰੀ ਕੀ ਹੁੰਦਾ ਕਿ ਅਸੀਂ ਲੰਗੜਾ ਕੇ ਚੱਲਣ ਲੱਗ ਪੈਂਦੇ, ਸਾਡੀ ਲੱਤ ਵੱਧ ਘੱਟ ਜਾਂਦੀ ਹੈ ਜਾਂ ਕਿਸੇ ਪ੍ਰਕਾਰ ਦੀ ਹੋਰ ਪ੍ਰੋਬਲਮ ਹੈ। ਗੋਡਿਆਂ ਵਗੈਰਾ ਦੀ ਤਾਂ ਤੁਸੀਂ ਸੁਣਿਓ ਕਿ ਬਿਲਕੁਲ ਗੋਡਿਆਂ ਅੱਜ ਕੱਲ੍ਹ ਬਦਲਾਉਣਾ ਜਿਹੜਾ ਸਾਡੀ ਜ਼ਰੂਰਤ ਹੋ ਗਈ। ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਅਮੀਰ ਲੋਕ ਜਿਹੜੇ ਸੀਗੇ ਉਹ ਗੋਡਾ ਬਦਲਾਉਂਦੇ ਸੀਗੇ, ਪਰ ਹੁਣ ਆਮ ਜਿਹੀ ਗੱਲ ਹੋ ਗਈ ਹੈ ਕਿਉਂਕਿ ਸਰਕਾਰ ਵੱਲੋਂ ਬੜੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ, ਇੱਧਰ ਇੰਸ਼ੋਰੈਂਸ ਵਗੈਰਾ ਦੀ ਬੜੀ ਫੈਸਿਲਿਟੀ ਹੈਗੀ ਆ। ਪਰ ਇਸ ਤੋਂ ਇਲਾਵਾ ਬੜਾ ਇੱਕ ਹੋਰ ਚੀਜ਼ ਆ ਕਿ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਇੱਕ ਪੁਲਿਸ ਇੰਸਪੈਕਟਰ ਦਾ ਜਿਹੜਾ ਹੱਥ ਕੱਟਿਆ ਜਾਂਦਾ ਅਤੇ ਕਿਵੇਂ ਉਸਨੂੰ ਜੋੜਿਆ ਜਾਂਦਾ। ਸੋ ਅਜਿਹੀਆਂ ਹੀ ਸਰਜਰੀਆਂ ਦੇ ਮਾਹਰ ਨੇ ਡਾਕਟਰ ਹਰਪਾਲ ਸਿੰਘ ਸੈਲੀ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਨੇ, ਜਿਨ੍ਹਾਂ ਨੇ ਬੇਸਿਕ ਐਜੂਕੇਸ਼ਨ ਇਹਨਾਂ ਦੀ ਜਿਹੜੀ ਆਪਾਂ ਮੁੱਢਲੀ ਸਿੱਖਿਆ ਪਾਖੀ ਲੁਧਿਆਣੇ ਦੀ ਹੈ, ਲੁਧਿਆਣੇ ਦੇ ਰਹਿਣ ਵਾਲੇ ਨੇ, DMC ਤੋਂ ਹੀ ਸਿੱਖਿਆ ਪ੍ਰਾਪਤ ਕੀਤੀ ਹੈ, ਪਰ ਜਿਹੜੀ ਇਹਨਾਂ ਨੇ ਮੁਹਾਰਤ ਹਾਸਲ ਕੀਤੀ ਹੈ ਉਹ ਯੂਨੀਵਰਸਿਟੀ ਹੋਸਪਿਟਲ ਸਿੰਗਾਪੁਰ ਤੋਂ ਅਤੇ ਸਵਿਜ਼ਰਲੈਂਡ ਤੋਂ, ਆਸਟ੍ਰੇਲੀਆ ਤੋਂ ਜਿਹੜੀ ਇਹਨਾਂ ਨੇ, ਇੱਥੋਂ ਤੱਕ ਕਿ USA ਤੋਂ ਵੀ ਇਹ ਵੱਖ ਵੱਖ ਟ੍ਰੇਨਿੰਗਸ ਲੈ ਕੇ ਆਏ ਨੇ। ਸੋ ਉਹਨਾਂ ਦਾ ਮੈਂ ਸਵਾਗਤ ਕਰਦਾ। ਡਾਕਟਰ ਹਰਪਾਲ ਸਿੰਘ ਸੈਲੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਤੁਹਾਡਾ ਧੰਨਵਾਦ ਹੈ ਫੋਰ ਇਨਵਾਈਟਿੰਗ ਮੀ ਟੂ ਦਿਸ ਪ੍ਰੋਗਰਾਮ। ਜੀ ਸੈਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਸਿੰਪਲ ਜਿਹਾ ਹੁੰਦਾ ਕਿ ਇੱਕ ਆਪਾਂ ਗੱਲ ਕਰਦੇ ਹਾਂ ਕਿ ਸ਼ੁਰੂਆਤ ਆਮ ਜੀ ਗੱਲ ਹੈ ਪਰ ਫਿਰ ਵੀ ਇੱਕ ਜ਼ਰੂਰੀ ਹੈ ਗੱਲਬਾਤ ਸ਼ੁਰੂ ਕਰਨ ਦੇ ਲਈ, ਗੋਡਿਆਂ ਦਾ ਬਦਲਣਾ ਅੱਜ ਕੱਲ੍ਹ ਬੜਾ ਆਮ ਜਿਹਾ ਹੋ ਗਿਆ। ਇੱਕ ਫਿਰ ਹੁਣ ਉਸ ਤੋਂ ਬਾਅਦ ਤੁਹਾਨੂੰ ਆਪਾਂ ਆਖੀਏ ਕਿ ਮੋਢੇ ਦਾ ਬਦਲ ਦੇਣਾ ਅਤੇ ਹਿੱਪ ਟ੍ਰਾਂਸਪਲ ਜਿਹੜੀ ਹੈਗੀ ਆ ਉਹ ਵੀ ਬਦਲਣਾ ਇੱਕ ਹੌਲੀ ਹੌਲੀ ਚੱਲੂ ਸ਼ੁਰੂ ਹੋ ਗਿਆ। ਇਹ ਕਿੰਨਾ ਸਥਿਤੀਆਂ ਦੇ ਵਿੱਚ ਬਦਲ ਲੈਣਾ ਚਾਹੀਦਾ, ਕਿਸ ਏਜ ਦੇ ਵਿੱਚ ਬਦਲ ਲੈਣਾ ਚਾਹੀਦਾ, ਅਤੇ ਗੋਡੇ ਜਿਹੜੇ ਨੇ ਜਿਵੇਂ ਕਿਹਾ ਜਾਂਦਾ ਸੀ ਪਹਿਲਾਂ 90 ਡਿਗਰੀ ਤੱਕ, ਹੁਣ ਤਾਂ ਕਹਿੰਦੇ ਬੜੇ ਬਹੁਤ ਜ਼ਿਆਦਾ ਮੁੜਨ ਤੱਕ ਵੀ ਆ ਗਏ ਨੇ, ਇਹ ਕਿੰਨੀ ਕੀ ਸਰਜਰੀ ਹੈ, ਇਹ ਕਿਸ ਤਰ੍ਹਾਂ ਜਿਹੜੀ ਹੈ ਨੈਸੈਸਿਟੀ ਕਿਉਂ ਪੈਂਦੀ ਹੈ, ਕੀ ਇਹ ਅਵੋਇਡ ਕੀਤੀ ਜਾ ਸਕਦੀ ਹੈ? ਇਸ ਤਰ੍ਹਾਂ ਜੀ, ਪਹਿਲੀ ਚੀਜ਼ ਤਾਂ ਜਿਹੜੀ ਅਸੀਂ ਜਦੋਂ ਆਪਾਂ ਗੋਡਿਆਂ ਦੇ ਆਪਰੇਸ਼ਨ ਦੀ ਗੱਲ ਕਰੀਏ ਜੀ, ਤਾਂ ਇਹ ਮੈਂ ਆਪਣੀ ਇੱਕ ਵੀਡੀਓ 'ਚ ਵੀ ਸ਼ੇਅਰ ਕੀਤਾ ਸੀ, ਲੋਕਾਂ ਦੇ ਮਨ 'ਚ ਨਾ ਇੱਕ ਗਲਤ ਫਹਿਮੀ ਹੈ ਕਿ ਗੋਡਾ ਬਦਲ ਦਿੱਤਾ ਜਾਂਦਾ ਵੀ ਕੱਟ ਕੇ ਕੋਈ ਅੰਦਰ ਨਵਾਂ ਗੋਡਾ ਪਾ ਦੇ। ਇਹਨੂੰ ਅਸੀਂ ਟੈਕਨੀਕਲ ਵਰਡ 'ਚ ਰੀਸਰਫੇਸਿੰਗ ਕਹਿੰਦੇ ਹਾਂ, ਵੀ ਜਿਹੜੀ ਜੋੜ ਦੀ ਪੋਲਿਸ਼ ਘਸ ਜਾਂਦੀ ਹੈ ਉਹਦੀਆਂ ਅਸੀਂ ਪਤਲੀ ਪਤਲੀ ਛਿਲਤਰਾਂ ਉਤਾਰ ਦਿੰਦੇ ਹਾਂ, ਜਿਹੜੀਆਂ ਮੈਕਸੀਮਮ 8 mm ਥਿਕਨੈਸ ਦੀਆਂ ਹੁੰਦੀਆਂ ਨੇ ਜੀ, ਤਾਂ ਉਹਦੀ ਸ਼ੇਪ ਬਣਾ ਕੇ ਉੱਤੇ ਇੱਕ ਇੱਕ ਸਾਈਡ ਤੇ ਮੈਟਲ ਚੜ ਜਾਂਦਾ, ਦੂਜੀ ਸਾਈਡ ਤੇ ਮੈਟਲ ਦੇ ਉੱਤੇ ਪਲਾਸਟਿਕ ਹੁੰਦਾ ਹਾਈ ਡੈਂਸਿਟੀ, ਤੋਂ ਗੋਡਾ ਮੁੜਨ ਲੱਗ ਪੈਂਦਾ। ਅੱਛਾ ਜੀ, ਗੱਲ ਆਈ ਕੂਲੇ ਦੀ, ਕੂਲੇ ਦੇ ਵਿੱਚ ਜਿਹੜੀ ਕੌਲੀ ਆ ਉਹਦਾ ਅਲੱਗ ਆਪਰੇਸ਼ਨ ਕਰਨਾ ਪੈਂਦਾ, ਜਿਹੜਾ ਗੋਲਾ ਹੁੰਦਾ ਹਿਪ ਬੋਨ ਦਾ ਜਿਹੜਾ ਥਾਈ ਬੋਨ ਨੂੰ ਉੱਤੇ ਅਟੈਚ ਹੁੰਦਾ ਜੀ, ਉਹ ਅਲੱਗ ਤੋਂ ਰਿਪਲੇਸ ਹੁੰਦਾ, ਉਹ ਪੂਰਾ ਦਾ ਪੂਰਾ ਰਿਪਲੇਸ, ਗੋਲਾ ਪੂਰਾ ਰਿਪਲੇਸ ਹੁੰਦਾ, ਕੌਲੀ ਫਿਰ ਅਸੀਂ ਛਿਲ ਕੇ ਅੰਦਰ ਨਵੀਂ ਕੌਲੀ ਫਿੱਟ ਕਰ ਦਿੰਦੇ ਜੀ, ਉਹਨੂੰ ਬਦਲਿਆ ਨਹੀਂ ਜਾਂਦਾ। ਠੀਕ ਹੈ ਜੀ, ਨਵੀਂ ਮੈਟਲ ਦੀ ਜਾਂ ਪਲਾਸਟਿਕ ਦੀ ਕੌਲੀ ਅੰਦਰ ਫਿੱਟ ਹੋ ਜਾਂਦੀ ਹੈ ਜੀ ਜੀ। ਹੁਣ ਗੱਲ ਆਉਂਦੀ ਹੈ ਵੀ ਇਹਦੇ 'ਚ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਸਾਇੰਸ ਦੇ ਯੁੱਗ ਦੇ ਹਿਸਾਬ ਨਾਲ, ਤਾਂ ਸਭ ਤੋਂ ਪਹਿਲਾਂ ਹਿਪ ਰਿਪਲੇਸਮੈਂਟ ਹੀ ਸਕਸੈਸਫੁਲ ਹੋਈ ਸੀ, ਨੀ ਤਾਂ ਬਾਅਦ 'ਚ ਆਇਆ ਜੀ ਜੀ। ਅਗਲੀ ਗੱਲ ਆਈ ਇਹ ਕਦੋਂ ਕਰਾਉਣਾ ਚਾਹੀਦਾ, ਇਹ ਹਰ ਬੰਦੇ ਦੀ ਆਪਣੀ ਜ਼ਰੂਰਤ ਹੈ ਜਦੋਂ ਉਹਨੇ ਕਰਾਉਣਾ ਜੀ। ਮੈਂ ਆਪਣੇ ਮਰੀਜ਼ ਨੂੰ ਹਮੇਸ਼ਾ ਇਹ ਕਹਿੰਦਾ, ਜਦੋਂ ਤੁਸੀਂ ਜੋ ਤੁਸੀਂ ਰੁਟੀਨ 'ਚ ਆਪਣੇ ਕੰਮ ਕਰਦੇ ਹੋ, ਜਿਹੜਾ ਬੰਦਾ ਗੁਰਦੁਆਰੇ ਮੰਦਿਰ ਜਾਂਦਾ ਮੱਥਾ ਟੇਕਣ, ਜੇ ਉਹ ਤੋਂ ਨਹੀਂ ਜਾਇਆ ਜਾਂਦਾ ਉਹਨੂੰ ਤਕਲੀਫ ਹੈ, ਜਿਹਨੇ ਆਪਣੇ ਯਾਰ ਦੋਸਤ ਦੇ ਘਰ ਜਾਣਾ ਉਹ ਨਹੀਂ ਜਾ ਪਾ ਰਿਹਾ, ਜਿਹੜਾ ਲੇਡੀ ਨੇ ਕਿਚਨ 'ਚ ਕੰਮ ਕਰਨੀ ਹੈ ਤਾਂ ਉਹ ਕਹਿੰਦੀ ਹੈ ਵੀ ਮੇਰੇ ਤੋਂ ਹੁਣ ਖੜ ਕੇ ਕੰਮ ਨਹੀਂ ਹੁੰਦਾ, ਮੇਰੇ ਦਰਦ ਹੁੰਦੀ ਹੈ ਜੀ, ਜਾਂ ਜੇ ਕੋਈ ਪਾਰਕ 'ਚ ਸੈਰ ਕਰਦਾ ਸੀ 5 ਕਿਲੋਮੀਟਰ ਉਹ ਖੁਸ਼ ਹੈ 5 ਕਿਲੋਮੀਟਰ ਸੈਰ ਕਰਕੇ, ਹੁਣ ਉਹਦੇ ਤੋਂ ਨਹੀਂ ਹੁੰਦੀ, ਜਾਂ ਉਹ ਦਰਦ ਹੁੰਦੀ ਹੈ ਜੀ ਜੀ, ਜਾਂ ਰਾਤ ਨੂੰ ਪੇਨ ਉਹਦੀ ਇੰਟਰਫੇਅਰ ਕਰਦੀ ਹੈ। ਇਹ ਆਪਰੇਸ਼ਨ ਜਿਹੜਾ ਹੈ ਇਹ ਪੇਨ ਵਾਸਤੇ ਕੀਤਾ ਜਾਂਦਾ ਹੈ, ਇਹ ਪੇਨ ਜਦੋਂ ਪੇਨ ਤੁਹਾਡੇ ਤੋਂ ਅਨਬੇਰੇਬਲ ਹੋਵੇ, ਜਾਂ ਤੁਸੀਂ ਆਪਣੇ ਰੋਜ਼ਾਨਾ ਦੇ ਕੰਮ ਜਿਹੜੇ ਤੁਸੀਂ ਰੋਜ਼ ਕਰਨਾ ਚਾਹੁੰਦੇ ਹੋ ਜਿਨ੍ਹਾਂ ਕਰਕੇ ਤੁਹਾਡਾ ਲਾਈਫ ਸਟਾਈਲ ਚੇਂਜ ਹੋ ਜਾਏਗਾ ਜੀ, ਜੇ ਨਹੀਂ ਕਰੋਗੇ ਇਹ ਆਪਰੇਸ਼ਨ ਅਸੀਂ ਉਦੋਂ ਐਡਵਾਈਜ਼ ਕਰਦੇ ਜੀ ਜੀ। ਸੋ ਇਹ ਹਰ ਕਿਸੇ ਦੀ ਆਪਣੀ ਹੈ, ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਇਹਦੇ 'ਚ ਬਹੁਤ ਜ਼ਰੂਰੀ ਜੀ। ਹੁਣ ਇੱਕ ਬੰਦਾ ਹੈ ਉਹ ਕਹਿੰਦਾ ਜੀ ਮੇਰੇ ਤੋਂ ਗੁਰਦੁਆਰੇ ਨਹੀਂ ਜਾਇਆ ਜਾਂਦਾ, ਮੇਰਾ ਤਾਂ ਰਿਪਲੇਸਮੈਂਟ ਕਰਵਾਉਣ ਆਇਆ ਮੈਂ। ਅੱਛਾ ਜੀ ਵੀ, ਪਰ ਕਿਉਂਕਿ ਇਹ ਆਪਣੀ ਟ੍ਰਾਂਸਮਿਸ਼ਨ ਮੇਰਾ ਖਿਆਲ ਕੈਨੇਡਾ ਜਾ ਰਹੀ ਹੈ ਜੇ ਮੈਂ ਗਲਤ ਨਹੀਂ ਹਾਂ, ਕਿਉਂਕਿ ਵਰਲਡਵਾਈਡ ਹੈ ਜੀ, ਬਿਲਕੁਲ ਵਰਲਡਵਾਈਡ ਟ੍ਰਾਂਸਮਿਸ਼ਨ ਜਾ ਰਹੀ ਹੈ ਜੀ, ਨਾਟ ਇਵਨ ਕੈਨੇਡਾ, ਐਵਰੀਬਾਡੀ ਜਿੱਥੇ ਵੀ ਪੰਜਾਬੀ ਬੈਠੇ ਨੇ ਵਰਲਡਵਾਈਡ, ਭਾਵੇਂ USA ਨੇ ਆਸਟ੍ਰੇਲੀਆ ਨੇ, ਹਰ ਇੱਕ ਜਗ੍ਹਾ ਤੇ ਪਹੁੰਚ ਰਹੀ ਹੈ ਜੀ, ਪੰਜਾਬ 'ਚ ਵੀ ਪਹੁੰਚ ਰਹੀ ਹੈ, ਕਿਉਂਕਿ ਮੈਂ ਬਾਹਰ ਬਹੁਤ ਦੇਰ ਕੰਮ ਕੀਤਾ, ਜਦੋਂ ਮੈਂ ਬਾਹਰ ਕੰਮ ਕਰਦਾ ਸੀ ਉਦੋਂ ਇੰਡੀਆ 'ਚ ਲੋਕੀ ਨੀ ਰਿਪਲੇਸਮੈਂਟ ਨਹੀਂ ਕਰਾਉਂਦੇ ਸੀ ਜੀ, ਪਰ ਜਿਹੜੇ ਬਾਹਰਲੇ ਲੋਕ ਨੇ, ਤੁਸੀਂ ਇਹ ਯਕੀਨ ਮੰਨਣਾ ਗੱਲ ਦਾ
ਮੇਰੇ ਕੋਲ ਐਸੇ ਵੀ ਮੈਂ ਪੇਸ਼ੈਂਟ ਬਾਹਰ ਜਾ ਕੇ ਦੇਖੇ ਜਿਹੜੇ ਆ ਕੇ ਕਹਿੰਦੇ ਆ ਜੀ ਮੇਰੇ ਤੋਂ ਗੋਲਫ 16 ਹੋਲ ਨਹੀਂ ਖੇਡੀ ਜਾਂਦੀ। ਅੱਛਾ ਜੀ, ਤਾਂ ਮੇਰੇ ਗੋਡੇ ਰਿਪਲੇਸ ਕਰੋ। ਤੇ ਮੈਂ ਉਹਨੂੰ ਪੁੱਛਿਆ ਜੈਂਟਲਮੈਨ ਨੂੰ, ਮੈਂ ਕਿਹਾ ਜੀ ਤੁਸੀਂ ਕਿੰਨੇ, ਹਾਊ ਮੈਨੀ ਹੋਲਸ ਕੈਨ ਯੂ ਪਲੇ? ਸੋ ਹੀ ਸੇਜ਼ ਆਫਟਰ 8 ਹੋਲਸ ਮਾਈ ਨੀ ਸਟਾਰਟ ਪੇਨਿੰਗ ਅ ਲੋਟ। ਜੀ, ਤਾਂ ਮੈਂ ਆਪਣੇ ਬੌਸ ਨੂੰ ਬਾਅਦ ਚ ਪੁੱਛਿਆ, ਮੈਂ ਕਿਹਾ ਜੀ ਇਹ ਕਾਮਨ ਹੈ ਵੀ ਜੇ ਬੰਦੇ ਤੋਂ 8 ਹੋਲਸ ਨਹੀਂ ਖੇਡੇ ਜਾਂਦੇ 8 ਤੋਂ ਬਾਅਦ ਤਾਂ ਵੀ ਵਿਲ ਐਡਵਾਈਜ਼ ਨਹੀਂ ਸਰ ਜੀ, ਬਿਕੋਜ਼ ਉਦੋਂ ਇੰਡੀਆ 'ਚ ਬਿਲਕੁਲ ਨਹੀਂ ਸੀ ਇਹ ਕਿਹਾ ਜਾਂਦਾ। ਹਾਂਜੀ ਹਾਂਜੀ, ਸਾਡੇ ਇੰਡੀਆ 'ਚ ਆਨਸਰ ਹੁੰਦਾ ਵੀ 8 ਹੀ ਹੋਲ ਖੇਡਿਆ ਕਰੋ, 9ਵਾਂ ਹੋਲ ਨਾ ਖੇਡਿਆ ਕਰੋ, ਖੇਡੋ। ਹਾਂਜੀ, ਹੈ ਨਾ, ਉਹ ਕਹਿੰਦਾ ਲੁੱਕ ਹਰਪਾਲ, ਯੂ ਨੈਵਰ ਸੇ ਦੈਟ ਯੂ ਡੋਂਟ ਡੂ ਦਿਸ ਜੀ, ਵੀ ਗਿਵ ਹਿਮ ਅ ਸੋਲੂਸ਼ਨ। ਹਾਂ ਹਾਂ, ਆਪਾਂ ਉਹਦੀ ਲਾਈਫ ਨਹੀਂ ਬਦਲਣੀ, ਆਪਾਂ ਉਹਨੂੰ ਸੋਲੂਸ਼ਨ ਦੇਣਾ ਜਿਹਦੇ ਨਾਲ ਨੋਰਮਲ ਲਾਈਫ ਜੀ ਸਕੇ। ਸੋ ਇਫ ਜੇ ਉਹ 16 ਹੋਲ ਖੇਡਣਾ ਚਾਹੁੰਦਾ ਤਾਂ ਅਸੀਂ ਉਹਨੂੰ ਇੰਨਾ ਫਿੱਟ ਕਰਨਾ ਵੀ ਉਹ 16 ਹੋਲ ਖੇਡੇ ਜੀ। ਸੋ ਇਹ ਹਰ ਬੰਦੇ ਦੀ ਆਪਣੀ ਰਿਕੁਆਇਰਮੈਂਟ ਹੈ, ਇਹ ਇੱਕ ਕੁੱਕ ਬੁੱਕ ਰੈਸਪੀ ਦੇਣੀ ਵੀ ਆਹ ਜਦੋਂ ਤਕਲੀਫ ਹੋ ਗਈ ਤਾਂ ਤੁਹਾਡਾ ਗੋਡਾ ਬਦਲਿਆ ਜਾਊਗਾ, ਇਹ ਗਲਤ ਹੋਊਗਾ। ਹਰ ਬੰਦੇ ਨੇ ਆਪਦੀ ਰਿਕੁਆਇਰਮੈਂਟ ਦੇਣੀ ਹੈ ਜੀ। ਹੁਣ ਆ ਗਈ ਗੱਲ ਏਜ ਦੀ ਜੀ ਜੀ, ਅਸੀਂ ਪਹਿਲਾਂ ਕਹਿੰਦੇ ਸੀ 60 ਤੋਂ ਪਹਿਲਾਂ ਬਿਲਕੁਲ ਨਾ ਬਦਲਵਾਓ ਗੋਡੇ, ਕਿਉਂਕਿ ਜਿਹੜਾ ਗੋਡਾ ਹੈ ਉਦੋਂ 10 ਜਾਂ 12 ਸਾਲ ਲਾਸਟ ਕਰਦਾ ਸੀ, ਤੇ ਫਿਰ ਜੇ 70-72 ਆਪਾਂ 75 ਐਵਰੇਜ ਏਜ ਮੰਨਦੇ ਸੀ ਜੀ। ਦੂਜਾ ਕੀ ਹੈ, ਜਿੰਨਾ ਬੰਦਾ ਯੰਗ ਹੁੰਦਾ ਉਹਨਾਂ ਉਹਦਾ ਐਕਟੀਵਿਟੀ ਲੈਵਲ ਜ਼ਿਆਦਾ ਹੁੰਦਾ, ਬਿਲਕੁਲ ਉਹ ਘਟਦਾ ਜਾਂਦਾ ਬਾਕੀ ਜੀ। ਹਾਂਜੀ, ਸੋ ਜੇ ਆਪਾਂ 50 ਸਾਲ ਦੇ ਬਦਲਾਂਗੇ ਗੋਡੇ ਫੇਲ ਹੋਣ ਦਾ ਚਾਂਸ ਰਹਿੰਦਾ ਸੀ ਜੀ। ਹੁਣ ਗੋਡੇ ਜਿਹੜੇ ਅਸੀਂ ਕਰਦੇ ਹਾਂ 15-20 ਸਾਲ ਲਾਸਟ ਕਰਦੇ ਹਾਂ। ਅੱਛਾ ਜੀ, ਨਾਟ ਓਨਲੀ ਕਿ ਸਿਰਫ ਇੰਪਲਾਂਟ ਇੰਪਰੂਵ ਕਰ ਗਏ, ਸਰਜੀਕਲ ਟੈਕਨੀਕਸ ਇੰਪਰੂਵ ਹੋ ਗਈਆਂ, ਸਮਝ ਜ਼ਿਆਦਾ ਆਉਣ ਲੱਗ ਪਈ ਜੀ, ਅੱਜ ਜਿਵੇਂ ਜਿਵੇਂ ਕਰਨ ਲੱਗ ਪਏ ਐਕਸਪੀਰੀਅੰਸ ਹੋ ਗਿਆ। ਹਾਂ, ਆਰਐਨਡੀ ਵਧ ਗਈ, ਬਿਲਕੁਲ ਰਿਜ਼ਲਟਸ ਬੈਟਰ ਨੇ ਜੀ ਜੀ। ਅੱਛਾ, ਦੂਸਰੀ ਗੱਲ, ਇੰਪਲਾਂਟਸ ਵੀ ਬੈਟਰ ਆ ਗਏ, ਹਾਈ ਡੈਂਸਿਟੀ ਪੋਲੀਥਲੀਨ ਆ ਗਏ ਜੀ ਜੀ, ਠੀਕ ਹੈ। ਦੂਸਰਾ, ਅੱਜ ਦੇ ਯੁੱਗ 'ਚ ਅਸੀਂ ਇਹ ਬੜਾ ਔਖਾ ਹੈ ਇੱਕ 40 ਸਾਲ ਦੇ ਜਾਂ 45 ਸਾਲ ਦੇ ਬੰਦੇ ਨੂੰ ਕਹਿਣਾ ਵੀ ਜੇ ਤੈਨੂੰ ਦਰਦ ਹੈ ਤਾਂ ਹਜੇ ਤੂੰ 15 ਸਾਲ ਦਰਦ ਨਾਲ ਹੀ ਕੱਢ, 15 ਸਾਲ ਬਾਅਦ ਦੇਖਾਂਗੇ ਤੇਰਾ ਕੀ ਕਰਨਾ ਕੀ ਕਰਨਾ। ਇਹ ਵੀ ਬੜੀ ਗਲਤ ਗੱਲ ਹੈ, ਬਿਲਕੁਲ ਡਾਕਟਰ ਹਰਪਾਲ ਸਿੰਘ, ਠੀਕ ਹੈ ਜੀ। ਉਹਨਾਂ ਵਾਸਤੇ ਹੋਰ ਆਪਰੇਸ਼ਨ ਹੈਗੇ ਨੇ ਸਾਡੇ ਕੋਲ ਜਿਹਦੇ 'ਚ ਅਸੀਂ ਗੋਡਾ ਨਹੀਂ ਬਦਲਦੇ, ਰੀਅਲਾਈਨਮੈਂਟ ਕਰਦੇ ਹਾਂ ਅਸੀਂ ਜਿਹਦੇ ਨਾਲ ਪੇਨ ਘੱਟ ਜਾਂਦੀ ਹੈ, ਕੋਸ਼ਿਸ਼ ਹੁੰਦੀ ਹੈ ਵੀ ਉਹ ਪੇਸ਼ੈਂਟ ਉਹਦੇ 'ਚ ਫਿੱਟ ਹੁੰਦਾ ਹੋਵੇ ਤਾਂ ਕਰ ਦਈਏ ਕਰ ਦਈਏ। ਅੱਛਾ, ਇਹ ਵੀ ਯੂ ਹੈ ਤੁਹਾਡੇ ਕੋਲ, ਇਹ ਸੋਲੂਸ਼ਨ ਹੈਗਾ ਕਿ ਗੋਡਾ ਬਦਲੇ ਬਿਨਾਂ ਵੀ ਤੁਸੀਂ ਗੋਡੇ, ਕਈ ਵਾਰੀ ਆਪਾਂ ਦੇਖਦੇ ਹਾਂ ਪੈਰਾਬੋਲਾ ਹੋ ਜਾਂਦੇ ਨੇ, ਬਾਹਰ ਨੂੰ ਨਿਕਲ ਜਾਂਦੇ ਨੇ, ਬਿਲਕੁਲ ਜੀ, ਉਹਨਾਂ ਨੂੰ ਠੀਕ ਕਰਦੇ ਹਾਂ ਜੀ ਅਸੀਂ ਅਲਾਈਨਮੈਂਟ, ਜਿਵੇਂ ਟਰੱਕਾਂ ਦੀ ਆਪਾਂ ਅਲਾਈਨਮੈਂਟ ਟਾਇਰਾਂ ਦੀ ਸੈੱਟ ਕਰਾਉਣੇ, ਕਾਰਾਂ ਦੀ ਉਵੇਂ ਸੈੱਟ ਕਰ ਦਿੰਦੇ ਤੁਸੀਂ, ਬਿਲਕੁਲ ਜੀ, ਬਿਲਕੁਲ ਕਰਦੇ ਹਾਂ ਜੀ। ਜੀ, ਤੇ ਉਹ ਦੇਖ ਕੇ ਪੇਸ਼ੈਂਟ ਨੂੰ ਅਸੈਸ ਕਰਕੇ ਪਤਾ ਲੱਗਦਾ ਹੈ ਵੀ ਇਹਦੀ ਕਿੰਨੀ ਤਕਲੀਫ ਹੈ ਔਰ ਇਹਦਾ ਅਸੀਂ ਕੁਝ ਹੋਰ ਕਰ ਸਕਦੇ ਹਾਂ ਕਿ ਨਹੀਂ। ਜੇ ਨਹੀਂ ਕਰ ਸਕਦੇ ਇਨ ਦੈਟ ਫਿਕਸ ਸਿਚੁਏਸ਼ਨ ਜੀ, ਅਸੀਂ ਬੜੀ ਵਾਰੀ 50 ਸਾਲ ਤੇ ਵੀ ਗੋਡੇ ਬਦਲਦੇ ਹਾਂ ਜੀ ਜੀ ਜੀ, ਖਾਸ ਕਰਕੇ ਗਠੀਏ ਦੇ ਮਰੀਜ਼ ਜਿਨ੍ਹਾਂ ਦਾ ਗੋਡਾ ਬਹੁਤ ਖਰਾਬ ਹੋ ਚੁੱਕਾ ਹੁੰਦਾ, ਨਹੀਂ ਠੀਕ ਹੋ ਸਕਦਾ ਕਿਸੇ ਵੀ ਹੋਰ ਚੀਜ਼ ਨਾਲ ਜੀ, ਤਾਂ ਫਿਰ ਸਾਨੂੰ ਬਦਲਣੇ ਪੈਂਦੇ, ਪਰ ਅਸੀਂ ਪਹਿਲਾਂ ਉਹਨਾਂ ਨੂੰ ਦੱਸ ਕੇ ਬਦਲਦੇ ਹਾਂ ਵੀ ਇਹ ਤੈਨੂੰ ਸੈਕਿੰਡ ਰਿਪਲੇਸਮੈਂਟ ਦੀ ਲੋੜ ਪਏਗੀ ਜੀ। ਹਾਂਜੀ, ਤੇ ਇਸ ਤੋਂ ਇਲਾਵਾ ਡਾਕਟਰ ਸਾਹਿਬ, ਜਿਵੇਂ ਹੁਣ ਮੋਢਿਆਂ ਦੀ ਬੜੀ ਪ੍ਰੋਬਲਮ ਆ ਜਾਂਦੀ ਹੈ, ਫਰੋਜ਼ਨ ਸ਼ੋਲਡਰ ਹੁੰਦੇ ਨੇ, ਇਹ ਕੀ ਚੀਜ਼ ਹੁੰਦੀ ਹੈ ਤੇ ਇਹ ਕੀ ਆਪਰੇਸ਼ਨ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਨੂੰ ਜਾਂ ਕੀ ਚੱਕਰ ਹੁੰਦਾ ਜੀ? ਫਰੋਜ਼ਨ ਸ਼ੋਲਡਰ ਇੱਕ ਟਿਪੀਕਲ ਟਰਮ ਹੈ ਜੀ, ਜਦੋਂ ਮੋਢੇ 'ਚ ਕੋਈ ਖਿੱਚ ਪੈ ਗਈ, ਕੋਈ ਸੱਟ ਲੱਗ ਗਈ, ਉਸ ਤੋਂ ਬਾਅਦ ਅਸੀਂ ਮੋਢੇ ਨੂੰ ਚਲਾਉਂਦੇ ਨਹੀਂ ਕੁਛ ਦਿਨ ਜੀ। ਆਪਾਂ ਸਭ ਨੇ ਨੋਟਿਸ ਕੀਤਾ ਹੋਣਾ ਜਦੋਂ ਤੁਸੀਂ 40-50 ਸਾਲ ਦੇ ਹੁੰਦੇ ਹੋ, ਜੇ ਕਿਸੇ ਦਿਨ ਬੈਡਮਿੰਟਨ ਖੇਡ ਲਓ ਬੱਚਿਆਂ ਨਾਲ, ਹਾਂਜੀ, ਜਾਂ ਕ੍ਰਿਕਟ ਦੀ ਬੋਲਿੰਗ ਕਰ ਲਓ ਤਾਂ ਅਗਲੇ ਦਿਨ ਮੋਢਾ ਦੁਖਣ ਲੱਗ ਪੈਂਦਾ ਜੀ। ਉਹ ਜੇ ਦਰਦ ਜ਼ਿਆਦਾ ਦੇਰ ਲਾਸਟ ਕਰ ਜੇ ਬੰਦਾ ਮੋਢਾ ਚਲਾਉਂਦਾ ਨਹੀਂ, ਤਾਂ ਹੌਲੀ ਹੌਲੀ ਜਿਹੜੀ ਜੋੜ ਦੀ ਥੈਲੀ ਹੈ ਉਹ ਸੁੰਗੜਨੀ ਸ਼ੁਰੂ ਹੋ ਜਾਂਦੀ ਜੀ, ਉਹਦੇ ਕਰਕੇ ਫਿਰ ਜੋੜ ਚੱਲਦਾ ਹੀ ਨਹੀਂ। ਸੋ ਇੱਕ ਸਾਈਕਲ ਬਣ ਜਾਂਦਾ ਵੀ ਦਰਦ ਹੈ ਤਾਂ ਆਪਾਂ ਚਲਾਉਂਦੇ ਨਹੀਂ, ਜਦੋਂ ਚਲਾਉਂਦੇ ਨਹੀਂ ਉਹ ਸੁੰਗੜੀ ਜਾਂਦੀ, ਦਰਦ ਹੋਰ ਵਧੀ ਜਾਂਦਾ ਜੀ ਜੀ। ਜਿਹੜਾ ਸਰਦਾਰ ਭਾਈ ਹੈ ਉਹਦੇ ਤੋਂ ਪੱਗ ਨਹੀਂ ਬੰਨੀ ਜਾਊਗੀ, ਹਾਂਜੀ ਬਿਲਕੁਲ, ਹੈ ਨਾ, ਜੇ ਸਾਡਾ ਹਿੰਦੂ ਭਰਾ ਹੈ ਉਹ ਤਾਂ ਕੰਘੀ ਨਹੀਂ ਹੁੰਦੀ ਸਿਰ ਦੇ ਵਿੱਚ ਜੀ, ਕੱਪੜੇ ਪਾਣੀ ਲਾਣੇ ਔਖੇ ਹੋ ਜਾਂਦੇ ਨੇ, ਦਰਦ ਹੁੰਦੀ ਹੈ, ਬਹੁਤ ਮੁਸ਼ਕਲ ਹੋ ਜਾਂਦੀ ਹੈ, ਬਿਲਕੁਲ ਜੀ। ਸੋ ਇਹ ਸਾਰੀ ਚੀਜ਼ਾਂ 'ਚ ਇਹਦੇ 'ਚ ਆਪਰੇਸ਼ਨ ਦੀ ਕੋਈ ਆਵਸ਼ਕਤਾ ਨਹੀਂ ਹੁੰਦੀ ਜੀ, ਬਿਲਕੁਲ ਵੀ। ਅੱਛਾ ਜੀ, ਇਹਨੂੰ ਦਵਾਈਆਂ ਦੇ ਨਾਲ ਤੇ ਐਕਸਰਸਾਈਜ਼ ਤੇ ਫਿਜ਼ੀਓਥੈਰੇਪੀ ਨਾਲ ਹੀ ਇਹਨੇ ਠੀਕ ਹੋਣਾ ਹੁੰਦਾ ਜੀ। ਜਿਹੜੀ ਅਸੀਂ ਦਵਾਈਆਂ ਦਿੰਨੇ ਆ ਜਾਂ ਮੋਢੇ 'ਚ ਟੀਕਾ ਲਾਉਨੇ ਆ, ਇਹ ਇਹਨੂੰ ਅਸੀਂ ਇੱਕ ਸੈਲਫ ਲਿਮਿਟਿੰਗ ਪ੍ਰੋਬਲਮ ਕਹਿੰਦੇ ਆ। ਸੈਲਫ ਲਿਮਿਟਿੰਗ ਮਤਲਬ ਇਹ ਆਪਣੇ ਆਪ 'ਚ ਹੀ ਆਪੇ ਖਤਮ ਹੋ ਜਾਂਦੀ ਹੈ। ਅੱਛਾ ਜੀ, ਵਿਲ ਟੇਕ ਇਹ 12 ਤੋਂ ਲੈ ਕੇ 18 ਤੋਂ ਲੈ ਕੇ 24 ਮਹੀਨੇ ਦੇ ਵਿੱਚ ਆਪੇ ਠੀਕ ਹੁੰਦੀ ਹੈ। ਅੱਛਾ ਜੀ, ਜਿਹੜੀ ਇਹਦੀ ਟ੍ਰੀਟਮੈਂਟ ਦਾ ਫੋਕਸ ਹੁੰਦਾ ਇਹੀ ਹੈ ਵੀ ਬੰਦੇ ਦੀ ਜਿਹੜੀ ਪ੍ਰੋਬਲਮ 12 ਮਹੀਨੇ ਚੱਲਣੀ ਸੀ, 18 ਮਹੀਨੇ ਚੱਲਣੀ ਸੀ ਜੀ, ਉਹਨੂੰ ਅਸੀਂ ਘਟਾ ਕੇ ਮਹੀਨੇ ਡੇਢ ਮਹੀਨੇ 'ਚ ਅਸੀਂ ਰਿਕਵਰ ਕਰਾ ਲਈਏ। ਇਹਦਾ ਮਤਲਬ 12 ਤੋਂ 2 ਸਾਲ ਤੱਕ ਬੰਦਾ ਟੋਰਚਰ ਹੁੰਦਾ ਜੇਕਰ ਮੋਢਾ ਫ੍ਰੀਜ਼ ਹੋ ਜੇ ਤਾਂ, ਐਕਸਰਸਾਈਜ਼ ਉਹਨੂੰ ਕਰਦੇ ਰਹੋਗੇ ਤਾਂ ਚੱਲਦਾ ਰਹੂਗਾ, ਨਹੀਂ ਤਾਂ ਬੰਦ ਹੋ ਜਾਊਗਾ। ਜੇ ਪ੍ਰੋਪਰ ਟ੍ਰੀਟਮੈਂਟ ਨਹੀਂ ਲਾਓਗੇ ਜੀ ਤਾਂ 1-1.5 ਸਾਲ ਲੱਗ ਸਕਦਾ ਇਹਨੂੰ ਠੀਕ ਹੋਣ 'ਚ ਪੂਰਾ। ਅੱਛਾ ਜੀ, ਜੇ ਤੁਸੀਂ ਟ੍ਰੀਟਮੈਂਟ ਲੈਂਦੇ ਹੋ, ਐਕਸਰਸਾਈਜ਼ ਕਰਦੇ ਹੋ, ਤਾਂ ਇਹ
6 ਹਫ਼ਤੇ ਤੋਂ ਲੈ ਕੇ 2 ਮਹੀਨਿਆਂ ਦੇ ਵਿੱਚ ਪੂਰਾ ਨਾਰਮਲ ਚੱਲਣ ਲੱਗ ਪੈਂਦਾ। ਅੱਛਾ ਡਾਕਟਰ ਸਾਹਿਬ, ਡਾਕਟਰ ਹਰਪਾਲ ਸਿੰਘ ਸੈਲੀ ਜੀ, ਆਪਾਂ ਬਿਲਕੁਲ ਜਿਹੜੀਆਂ ਬੇਸਿਕ ਗੱਲਾਂ ਜਿਹੜੀਆਂ ਕਰਨੀਆਂ, ਹੁਣ ਅਸੀਂ ਆਈਏ ਐਕਸਪਰਟੀਜ਼ ਦੇ ਉੱਤੇ, ਜਿਵੇਂ ਖਾਸ ਕਰਕੇ ਐਕਸਪਰਟੀਜ਼ ਆ ਜਾਂਦੀਆਂ ਨੇ, ਜਿਵੇਂ ਅਕਸਰ ਇਹ ਕਿਹਾ ਜਾਂਦਾ ਕਿ ਬੰਦੇ ਦੇ ਐਕਸੀਡੈਂਟ ਹੋ ਗਿਆ, ਐਕਸੀਡੈਂਟ ਤੋਂ ਬਾਅਦ ਓਪਰੇਸ਼ਨ ਹੋਇਆ, ਬੰਦਾ ਲੰਗ ਮਾਰਨ ਲੱਗ ਪਿਆ, ਲੱਤ ਛੋਟੀ ਹੋ ਗਈ, ਹੋਰ ਹੋ ਗਈ, ਉਹ ਬੜੀਆਂ ਜਿਹੜੇ ਨੇ ਓਪਰੇਸ਼ਨ, ਫੇਲੀਅਰ ਵੀ ਬੜਾ ਹੋ ਜਾਂਦਾ ਉਹਦੇ 'ਚ, ਹੋਰ ਹੈ ਇਹਨੂੰ, ਇਹ ਵੀ ਇਜ਼ ਇਟ ਜਿਹੜਾ ਕੀ ਇਹ ਠੀਕ ਹੋ ਸਕਦਾ, ਜਿਵੇਂ ਤੁਸੀਂ ਆਖਿਆ ਕਿ ਗੋਡਿਆਂ ਦੀ ਅਲਾਈਨਮੈਂਟ ਤੁਸੀਂ ਸੈੱਟ ਕਰ ਦਿੰਦੇ ਹੋ ਬਿਨਾਂ ਬਦਲੇ ਤੁਸੀਂ ਛੋਟੇ ਮੋਟੇ ਓਪਰੇਸ਼ਨ ਦਾ, ਇਹ ਵੀ ਹੈ ਕੋਈ ਇਸ ਤਰ੍ਹਾਂ ਦੀਆਂ ਵੀ ਜੇ ਕਿਸੇ ਦੀ ਬਾਂਹ ਜਾਂ ਲੱਤ ਛੋਟੀ ਹੋ ਜਾਂਦੀ ਹੈ ਤਾਂ? ਬਿਲਕੁਲ ਜੀ, ਬਾਹਾਂ 'ਚ ਅਸੀਂ ਘੱਟ ਫੋਕਸ ਕਰਦੇ ਹਾਂ, ਬਿਕੋਜ਼ ਬਾਹ ਦੇ ਨਾਲ ਸਾਡਾ ਫੰਕਸ਼ਨ ਨਹੀਂ ਖਰਾਬ ਹੁੰਦਾ ਜੇ ਥੋੜੀ ਬਹੁਤੀ ਛੋਟੀ ਹੁੰਦੀ ਹੈ ਜੀ। ਲੱਤ ਦੇ ਵਿੱਚ ਅਸੀਂ ਲਿੰਬ ਲੈਂਥਨਿੰਗ ਵੀ ਕਰਦੇ ਹਾਂ, ਐਂਡ ਮੈਂ ਬੜੇ ਪ੍ਰਾਊਡਲੀ ਕਹਿੰਦਾ ਦੈਟ ਆਈ ਐਮ ਵਨ ਆਫ ਦੀ ਫਿਊ ਪੀਪਲ ਇਨ ਪੰਜਾਬ ਹੂ ਇਜ਼ ਐਕਸਟੈਂਸਿਵਲੀ ਡੂਇੰਗ ਇਟ ਜੀ। ਆਈ ਐਮ ਨਾਟ ਦੀ ਓਨਲੀ ਵਨ, ਦੇ ਅਦਰਸ ਆਲਸੋ ਡੂ ਇਟ, ਬਟ ਆਈ ਐਮ ਵਨ ਆਫ ਦੀ ਬਿਜ਼ੀਐਸਟ ਗਾਇਜ਼, ਬਿਜ਼ੀਐਸਟ ਡਾਕਟਰਸ ਡੂਇੰਗ ਦਿਸ ਜੀ। ਖਾਸ ਕਰਕੇ ਜਿਨ੍ਹਾਂ ਦਾ ਸੱਟ ਲੱਗਦੀ ਹੈ ਵਿੱਚੋਂ ਹੱਡੀ ਦਾ ਪੀਸ ਹੀ ਨਹੀਂ ਹੁੰਦਾ, ਉਹਨਾਂ ਦੀ ਅਸੀਂ ਹੱਡੀ ਨਵੀਂ ਬਣਾਉਂਦੇ ਹਾਂ ਰਸ਼ੀਅਨ ਫਿਕਸੇਟਰ ਦੀ ਟੈਕਨੀਕ ਨਾਲ ਜੀ। ਜਿਨ੍ਹਾਂ ਦੀ ਹੱਡੀ ਬਿੰਗੀ ਹੁੰਦੀ ਹੈ, ਇਹਨੂੰ ਅਸੀਂ ਡਿਫਾਰਮਿਟੀ ਕਰੈਕਸ਼ਨ ਕਹਿੰਦੇ ਹਾਂ ਜੀ। ਸੋ ਮੈਂ ਕਈ ਰੈਫਰੈਂਸਿਸ ਵਿੱਚ ਆਈ ਇੰਟਰੋਡਿਊਸ ਮਾਈਸੈਲਫ ਐਜ਼ ਅ 4D ਸਰਜਨ ਜੀ, ਜਿਹਦੇ 'ਚ ਡਿਫਾਰਮਿਟੀ, ਡਿਫੈਕਟ, ਡਿਸਕ੍ਰਿਪੈਂਸੀ, ਡਿਸਕ੍ਰਿਪੈਂਸੀ ਮੀਨਸ ਜਿਹਦੇ 'ਚ ਲੱਤ ਛੋਟੀ ਵੱਡੀ ਹੈ ਜਾਂ ਲੱਤ ਡਿਜ਼ੀਜ਼ਡ ਹੈ, 4th D ਇਜ਼ ਡਿਜ਼ੀਜ਼ਡ ਜੀ, ਇਨਫੈਕਸ਼ਨ ਹੁੰਦੀਆਂ, ਉਹਨਾਂ 'ਚ ਵੀ ਰਸ਼ੀਅਨ ਫਿਕਸੇਟਰ ਲੱਗਦਾ ਹੈ। ਅਸੀਂ ਇਹਦੇ 'ਚ ਕਾਫੀ ਕੰਮ ਕਰ ਰਹੇ ਹਾਂ ਆਪਣੇ ਹਸਪਤਾਲ ਦੇ ਵਿੱਚ, ਔਰ ਬੜਾ ਸਕਸੈਸਫੁਲੀ ਕਰ ਰਹੇ ਹਾਂ, ਵਾਹਿਗੁਰੂ ਦੀ ਬੜੀ ਮਿਹਰ ਹੈ ਜੀ, ਚੰਗੇ ਰਿਜ਼ਲਟ ਮਿਲ ਰਹੇ ਹੈ। ਅੱਛਾ ਡਾਕਟਰ ਸਾਹਿਬ, ਇੱਕ ਮੈਂ ਸਵਾਲ ਕਰ ਰਿਹਾ ਤੁਹਾਨੂੰ, ਕਾਮਰੇਡ ਆਪਣੇ ਕਰਮਜੀਤ ਸਿੰਘ ਜੀ ਨੇ ਜੀ, ਉਹ ਵਿਨੀਪੈਗ ਤੋਂ ਸਵਾਲ ਕਰ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਕਹਿੰਦੇ 31 ਦਸੰਬਰ 2004 ਨੂੰ ਉਹਨਾਂ ਦੀ ਰੀੜ੍ਹ ਦੀ ਹੱਡੀ ਦਾ ਚੰਡੀਗੜ੍ਹ 16 ਸੈਕਟਰ 'ਚ ਜਿਹੜਾ ਇਲਾਜ ਕਰਵਾਇਆ ਸੀ, ਓਪਰੇਸ਼ਨ ਕਰਵਾਇਆ ਸੀਗਾ, 6 ਮਹੀਨਿਆਂ ਬਾਅਦ ਕਹਿੰਦੇ ਮੈਨੂੰ ਪਿਸ਼ਾਬ ਦੀ ਤਕਲੀਫ ਹੋਣ ਲੱਗੀ, ਤਾਂ ਮੈਂ ਇੱਕ ਹੋਰ ਡਾਕਟਰ ਸਾਹਿਬਾਨ ਨਾਲ ਕੰਸਲਟ ਕੀਤਾ, ਉਹਨਾਂ ਨੇ ਮੈਨੂੰ PGI ਯੂਰੋਲੋਜਿਸਟ ਕੋਲ ਭੇਜ ਦਿੱਤਾ, ਉੱਥੇ ਮੇਰੇ ਕੈਥਟਰ ਲੱਗ ਗਿਆ, ਹਜੇ ਤੱਕ ਜਾਰੀ ਹੈ, ਲੱਥਾਂ ਨਹੀਂ, ਕੀ ਇਹ ਲੱਥ ਸਕਦਾ ਜਾਂ ਕੋਈ ਇਹਦਾ ਓਪਰੇਸ਼ਨ ਵਗੈਰਾ ਜੀ? ਮੇਰਾ ਖਿਆਲ ਜੀ ਹੀ ਇਜ਼ ਐਟ ਦੀ ਹੀ ਇਜ਼ ਇਨ ਵਨ ਆਫ ਦੀ ਮੋਸਟ ਐਡਵਾਂਸਡ ਕੰਟਰੀਜ਼ ਇਨ ਦੀ ਵਰਲਡ ਜੀ, ਕੈਨੇਡਾ ਦੇ ਵਿੱਚ ਹੀ ਸ਼ੁਡ ਮੀਟ ਅ ਸਪਾਈਨ ਸਪੈਸ਼ਲਿਸਟ ਐਂਡ ਅ ਯੂਰੋਲੋਜਿਸਟ ਜੀ, ਆਈ ਐਮ ਸ਼ੋਰ ਦੇ ਵਿਲ ਬੀ ਏਬਲ ਟੂ ਹੈਲਪ ਹਿਮ। ਨਹੀਂ ਤੁਸੀਂ ਤੁਸੀਂ ਉਹ ਆ ਜਾਣਗੇ ਜੀ, ਇੱਧਰ ਵੀ ਆ ਜਾਂਦੇ ਨੇ, ਕਿਉਂਕਿ ਇੰਡੀਆ ਬੜਾ ਡਿਵੈਲਪ ਹੋ ਰਿਹਾ ਐਜ਼ ਅ ਮੈਡੀਕਲ ਟੂਰਿਜ਼ਮ ਦੇ ਤੌਰ ਦੇ ਉੱਤੇ, ਬੜੇ ਸਾਡੇ ਭਰਾ ਇੱਧਰ ਆ ਕੇ ਇਲਾਜ ਕਰਦੇ ਨੇ, ਇੱਧਰ ਹੋ ਸਕਦਾ ਜਾਂ ਤੁਸੀਂ ਇਹੋ ਜਿਹਾ? ਪਹਿਲਾਂ ਜੀ ਪੂਰੀ ਸਿਚੁਏਸ਼ਨ ਪਤਾ ਲੱਗਣੀ ਚਾਹੀਦੀ ਹੈ ਵੀ ਜਿਹੜਾ ਉਹਨਾਂ ਦਾ ਪਿਸ਼ਾਬ ਰੁਕਦਾ, ਜਿਹੜਾ ਉਹਨਾਂ ਨੂੰ ਨਾਲੀ ਪਾਈ ਹੈ, ਉਹ ਰੀੜ੍ਹ ਦੀ ਹੱਡੀ ਦਾ ਕੋਈ ਕਾਰਨ ਸੀ ਜਿਹਦੇ ਕਰਕੇ ਪਾਣੀ ਪੈ ਗਈ, ਕਿ ਉਹ ਕੋਈ ਯੂਰੋਲੋਜੀ ਦੀ ਪ੍ਰੋਬਲਮ ਹੈ, ਪਿਸ਼ਾਬ ਦੇ ਰਸਤੇ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਪਾਣੀ ਪੈ ਗਈ ਜੀ ਜੀ, ਸਿਆਲਾਂ ਜੀ ਤਾਂ ਮੇਰਾ ਬਹੁਤ ਹੀ ਬੁਰਾ ਹਾਲ ਹੁੰਦਾ ਹੈ, ਪਰ ਹੁਣ ਜਿਵੇਂ ਅੱਜ ਕੱਲ ਕਾਫੀ ਦਰਦ ਘਟਿਆ ਹੋਇਆ ਮੋਢਿਆਂ ਦਾ, ਜਿਵੇਂ ਬਨੈਣ ਬਨੂਣ ਲਾਉ ਨਾ ਉਹਨਾਂ ਉਦੋਂ ਫੀਲ ਹੁੰਦਾ, ਉਦੋਂ ਫੀਲ ਹੁੰਦਾ ਵੀ ਹਾਂ ਪੇਨ ਜੀ ਹੈਗੀ ਆ ਮਿੱਟੀ ਮਿੱਟੀ ਜੀ, ਪਰ ਸਰਦੀਆਂ 'ਚ ਤਾਂ ਕਾਫੀ ਔਖਾ ਹੁੰਦਾ ਆ, ਇਹਦਾ ਕੀ ਇਲਾਜ ਕਰ ਸਕਦੇ ਹਾਂ ਜੀ? ਮੈਨੂੰ ਤਾਂ ਐਂ ਲੱਗਿਆ ਵੀ ਗਰਮੀਆਂ 'ਚ ਠੀਕ ਹੋ ਜਾਂਦਾ ਮੈਂ, ਇੱਥੇ ਸਿਆਲਾਂ 'ਚ ਕਿਉਂਕਿ ਇੱਥੇ ਮਿਸ਼ੀਗਨ 'ਚ ਹੁੰਦਾ ਹੀ ਠੰਡ ਬਹੁਤ ਹੈ, ਉਦੋਂ ਜ਼ਿਆਦਾ ਹੋ ਜਾਂਦਾ, ਉਦੋਂ ਹੱਥਾਂ ਜਾਂ ਸੱਤਾਂ ਦੇ ਜੋੜ ਵੀ ਥੋੜੇ ਜਿਹੇ ਲੱਗ ਜਾਂਦੇ ਨੇ ਦੁਖਣ, ਏਦਾਂ ਹੈ। ਜੋੜ ਘਸ ਚੁੱਕਿਆ, ਆਰਥਰਾਈਟਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਵੀ ਜੋੜ ਘਸ ਗਿਆ, ਮਤਲਬ ਐਕਚੁਅਲੀ ਘਸ ਗਿਆ। ਅੱਛਾ ਜੀ, ਕਿ ਜੋੜ ਦੀ ਪੋਲਿਸ਼ ਖਰਾਬ ਹੋ ਚੁੱਕੀ ਹੈ ਜੀ, ਫਾਲਤੂ ਹੱਡੀਆਂ ਸਾਈਡ ਤੇ ਬੰਨੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਸ ਨੂੰ ਅਸੀਂ ਆਰਥਰਾਈਟਸ ਦੀ ਟਰਮ ਦਿੰਦੇ ਹਾਂ। ਜੇ ਜੋੜ ਅੰਦਰੋਂ ਖਰਾਬ ਹੋ ਚੁੱਕਾ ਹੈ ਜੀ, ਆਪਣਾ ਲਾਈਫ ਸਟਾਈਲ ਇੰਪਰੂਵ ਕਰਨ ਲਈ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜੀ, ਉਹ ਸ਼ੋਲਡਰ ਫਿਜ਼ੀਓਥੈਰੇਪਿਸਟ ਨੂੰ ਮਿਲ ਲੈਣਾ, ਐਕਸਰਸਾਈਜ਼ ਸਿਖਾ ਦੂਗਾ ਇਹਨਾਂ ਨੂੰ ਜੀ, ਉਹ ਕਰਦੇ ਰਹਿਣ, ਉਹਦੇ ਨਾਲ ਜ਼ਿੰਦਗੀ ਸੌਖੀ ਹੋਊਗੀ। ਪਰ ਜੇ ਪ੍ਰੋਪਰ ਆਰਥਰਾਈਟਸ ਇੱਕ ਵਾਰੀ ਸੈਟ ਇਨ ਹੋ ਗਿਆ, ਦੈਨ ਟਿਲ ਦੀ ਟਾਈਮ ਇਹਨਾਂ ਦਾ ਆਪਣਾ ਲਾਈਫ ਸਰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਇਹਦਾ ਪ੍ਰੋਬੇਬਲੀ
ਜੋ ਇਹਨਾਂ ਦੀ ਗੱਲਾਂ ਤੋਂ ਲੱਗ ਰਿਹਾ ਹਜੇ ਤਾਂ ਉਨੀ ਲੋੜ ਨਹੀਂ ਹੈ ਇਹਨਾਂ ਨੂੰ ਜੀ ਬਟ ਫਿਊਚਰ ਹੀ ਸ਼ੁੱਡ ਬੀ ਲੁਕਿੰਗ ਐਟ ਟੂ ਗੈਟ ਹਿਸ ਸ਼ੋਲਡਰਸ ਰਿਪਲੇਸਡ ਇਫ ਦੀ ਪ੍ਰੋਬਲਮ ਇਜ਼ ਟੂ ਮੱਚ ਜੀ ਜੀ ਇਹ ਕਾਸਟ ਕਿੰਨੀ ਕੁ ਹੁੰਦੀ ਹੈ ਜੀ ਜੇਕਰ ਸ਼ੋਲਡਰ ਵਗੈਰਾ ਰਿਪਲੇਸ ਕਰਦੇ ਆਪਾਂ ਤਾਂ ਇੰਡੀਆ ਦੇ ਵਿੱਚ ਤੁਹਾਡੇ ਇੰਡੀਆ 'ਚ ਮੇਰਾ ਖਿਆਲ ਜੀ ਆਈ ਐਮ ਨੋਟ ਐਗਜੈਕਟਲੀ ਸ਼ੋਰ ਬਟ ਇਹ ਮੇਰਾ ਖਿਆਲ ਕਿਉਂਕਿ ਸਾਡੇ ਇੱਥੇ ਘੱਟ ਪੈਂਦਾ ਤੇ ਇੰਪਲਾਂਟ ਮਹਿੰਗਾ ਹੈ ਅਜੇ ਅੱਛਾ ਜੀ ਤਾਂ ਰਫਲੀ 2.5 ਲੱਖ ਦਾ ਪੈ ਜਾਂਦਾ ਜੀ ਠੀਕ ਹੈ ਜੀ ਇੰਪੋਰਟ ਕਰਨਾ ਪੈਂਦਾ ਗੋਡਿਆਂ ਦੇ ਦਰਦ ਦਾ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਜੀ ਵੀ ਗੋਡੇ ਘਸ ਚੁੱਕੇ ਹੁੰਦੇ ਨੇ ਜੀ ਜਦੋਂ ਜੁਆਇੰਟ 'ਚ ਡੈਮੇਜ ਹੁੰਦਾ ਅਲਾਈਨਮੈਂਟ ਚੇਂਜ ਹੁੰਦੀ ਹੈ ਤਾਂ ਉਹਦੇ ਕਰਕੇ ਪੇਨ ਸਟਾਰਟ ਹੋ ਜਾਂਦੀ ਹੈ ਗੋਡੇ ਦੇ ਵਿੱਚ ਜੀ ਅੱਛਾ ਪੋਲਿਸ਼ ਕਸੀ ਹੁੰਦੀ ਹੈ ਦੂਜਾ ਜਿਹੜੀ ਜੋੜ ਦੀ ਥੈਲੀ ਹੈ ਜਦੋਂ ਉਹਨੂੰ ਖਿੱਚ ਪੈਂਦੀ ਹੈ ਤਾਂ ਵੀ ਪੇਨ ਹੁੰਦੀ ਹੈ ਜੀ ਸਰ ਉਹਦੇ ਲਈ ਜੇ ਅਜੇ ਸਟਾਰਟ ਹੀ ਹੋਈ ਹੈ ਤਾਂ ਬੈਸਟ ਹੈ ਵੀ ਐਕਸਰਸਾਈਜ਼ਸ ਕਰਨ ਸਪੋਰਟਸ ਸ਼ੂਜ਼ ਪਾਣ ਔਰ ਆਪਣਾ ਵੇਟ ਥੋੜਾ ਠੀਕ ਰੱਖਣ ਜੀ ਦੈਟ ਹੈਲਪ ਹਿਮ ਅੱਛਾ ਡਾਕਟਰ ਸਾਹਿਬ ਤੁਸੀਂ ਆਪਾਂ ਉਹ ਗੱਲ ਕਰ ਰਹੇ ਸੀਗੇ ਜਿਹੜੀਆਂ ਮੈਂ ਵਿਚਾਲੇ ਗੱਲ ਕੱਟਤੀ ਮੈਂ ਉਧਰ ਹੋ ਗਿਆ ਸੀ ਮੈਸੇਜਸ ਦੇਖਣ ਤੇ ਇੱਕ ਤੁਹਾਡੀਆਂ ਖਾਸ ਸਪੈਸ਼ਲਾਈਜੇਸ਼ਨਸ ਕੀ ਨੇ ਜਿਹਦੇ ਵਿੱਚ ਤੁਸੀਂ ਆਪਣਾ ਕਰਦੇ ਹੋ ਖਾਸ ਮੁਹਾਰਤ ਕੀ ਹੈ ਮੈਂ ਜੀ ਬੇਸਿਕਲੀ ਮੈਂ ਹਿਪ ਤੇ ਨੀ ਰਿਪਲੇਸਮੈਂਟਸ ਕਰਦਾ ਮੇਰਾ ਪੈਲਵਿਸ ਤੇ ਫ੍ਰੈਕਚਰਸ ਵਿੱਚ ਮੈਂ ਇੱਥੋਂ ਟੋਰਾਂਟੋ ਤੋਂ ਹੀ ਟ੍ਰੇਨਿੰਗ ਲਈ ਹੋਈ ਹੈ ਜੀ ਟੋਰਾਂਟੋ ਤੋਂ ਤੇ ਮਿਊਨਿਕ ਤੋਂ ਮੇਰੀ ਉਹ ਸਪੈਸ਼ਲਾਈਜੇਸ਼ਨ ਹੈ ਪੈਲਵਿਸ ਤੇ ਐਸਟਾਬੁਲਮ ਜੀ ਇਹ ਕੀ ਹੁੰਦੇ ਆ ਜੀ ਪੰਜਾਬੀ ਭਾਸ਼ਾ 'ਚ ਥੋੜਾ ਜਿਹਾ ਬਰੀਫ ਕਰਕੇ ਕੂਲੇ ਦੇ ਫ੍ਰੈਕਚਰ ਹੁੰਦੇ ਆ ਜੀ ਸਾਰੇ ਅੱਛਾ ਜੀ ਠੀਕ ਹੈ ਤੇ ਮੈਂ ਜਿਹੜੀ ਹੱਡੀਆਂ ਦੇ ਆਪਰੇਸ਼ਨਾਂ ਤੋਂ ਬਾਅਦ ਇਨਫੈਕਸ਼ਨਸ ਹੋ ਜਾਂਦੀਆਂ ਨੇ ਜੀ ਉਹ ਕਿਉਂਕਿ ਮੈਂ ਰਿੰਗ ਫਿਕਸੇਟਰਸ ਲਗਾਉਣਾ ਜਿਹੜੇ ਡਿਫਾਰਮਿਟੀ ਵਾਸਤੇ ਜਾਂ ਲੱਤਾਂ ਛੋਟੀਆਂ ਵਾਸਤੇ ਉਹਦਾ ਹੀ ਕੰਪੋਨੈਂਟ ਉਧਰ ਆਉਂਦਾ ਤਾਂ ਇਸ ਕਰਕੇ ਮੇਰੀ ਉਧਰ ਕਾਫੀ ਖਿਚਾਵ ਹੈ ਜਿਹੜੇ ਲੋਕਾਂ ਦੀ ਹੱਡੀਆਂ 'ਚ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨ ਹੋ ਗਈ ਤੁਸੀਂ ਸੁਣਿਆ ਹੋਣਾ ਵੀ ਪਲੇਟ ਮੰਗੀ ਹੋ ਗਈ ਜਾਂ ਹੱਡੀ ਗਲ ਗਈ ਜੀ ਜੀ ਇਹ ਚੀਜ਼ਾਂ ਮੇਰਾ ਕੰਮ 90% ਆਫ ਮਾਈ ਵਰਕ ਇਜ਼ ਇਨ ਦੀਸ ਫੋਰ ਫੀਲਡਸ ਜੀ ਜੀ ਹਾਂਜੀ ਸੋ ਜੇਕਰ ਕੋਈ ਸੱਜਣ ਮਿੱਤਰ ਹੋਰ ਸਵਾਲਾਂ ਨੇ ਤਾਂ ਮੈਂ ਜਿਵੇਂ ਕਿਹਾ ਸੀਗਾ ਕਿ ਮੈਂ ਅੱਜ ਵਟਸਐਪ ਕਾਲ ਨਹੀਂ ਲੈ ਸਕਾਂਗਾ ਦੋਹੇ ਲਾਈਨਸ ਦੇ ਉੱਤੇ ਮੈਂ ਤੁਹਾਡੀਆਂ ਕਾਲਸ ਲਊਂਗਾ 9216410666 9814910666 ਦੇ ਉੱਤੇ ਤੁਸੀਂ ਆਪਣੇ ਸਵਾਲਤ ਕਰ ਸਕਦੇ ਹੋ ਪਲੀਜ਼ ਵਾਇਸ ਮੈਸੇਜ ਨਾ ਭੇਜੋ ਕਿਉਂਕਿ ਮੈਨੂੰ ਵਾਇਸ ਮੈਸੇਜ ਨਹੀਂ ਸੁਣਿਆ ਜਾ ਸਕਦਾ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਆਖਿਆ ਕਿ ਕੁਛ ਜਿਹੜੀਆਂ ਆਪਣੇ ਗੋਡਿਆਂ ਦਾ ਬਦਲੀ ਕਰਦੇ ਹੋ ਹਿੱਪ ਦੀ ਹੈਗੀ ਆ ਹੋਰ ਹੈ ਇੰਡੀਆ ਕਿੰਨਾ ਕੁ ਐਡਵਾਂਸ ਜਿਹੜਾ ਹੈਗਾ ਕਿ ਵਰਲਡ ਕਲਾਸ ਦੇ ਉੱਤੇ ਪਹੁੰਚ ਚੁੱਕਿਆ ਕੰਪੀਟੀਟਰ ਹੈ ਦੂਸਰੀਆਂ ਕੰਟਰੀਜ਼ ਦੇ ਨਾਲ ਬੜੇ ਸਾਲਾਂ ਤੋਂ ਅਸੀਂ ਬਿਲਕੁਲ ਬਾਹਰ ਦੇ ਬਰਾਬਰ ਹਾਂ ਜੀ ਇਸ ਟਾਈਮ ਤੇ ਜੀ ਨੀ ਰਿਪਲੇਸਮੈਂਟ ਦੀ ਜਿਹੜੀ ਆਰਟ ਸਾਇੰਸ ਐਂਡ ਪ੍ਰੈਕਟਿਸ ਆਫ ਆਰਥੋਪੈਡਿਕ ਸਰਜਰੀ ਹੈ ਜੀ ਇਜ਼ ਐਟ ਪਾਰ ਵਿਦ US ਐਂਡ ਕੈਨੇਡਾ ਐਂਡ UK ਆਸਟ੍ਰੇਲੀਆ ਉਹਦਾ ਰੀਜ਼ਨ ਹੈ ਕਿ ਮੈਜੋਰਿਟੀ ਆਫ ਦੀ ਪੀਪਲ ਜਿਹੜੇ ਇਸ ਟਾਈਮ ਤੇ ਕਰ ਰਹੇ ਨੇ ਜੀ ਉਹਨਾਂ ਨੇ ਕੁਛ ਨਾ ਕੁਛ ਟਾਈਮ ਬਾਹਰ ਲਗਾਇਆ ਹੋਇਆ ਔਰ ਬਾਹਰ ਦੇਖਿਆ ਹੋਇਆ ਔਰ ਬਾਹਰ ਨਾਲ ਕੰਮ ਕੀਤਾ ਹੋਇਆ ਜੀ ਸੋ ਸਾਡੇ ਲੋਕਾਂ ਲਈ ਅਸੀਂ ਜੇ ਜਾ ਕੇ ਛੋਟੇ ਹਸਪੀਟਲ 'ਚ ਕੰਮ ਕਰਨ ਦੀ ਕੋਸ਼ਿਸ਼ ਕਰੀਏ ਸਾਨੂੰ ਪੋਸੀਬਲ ਹੀ ਨਹੀਂ ਕਰ ਹੀ ਨਹੀਂ ਪਾਉਂਦੇ ਅਸੀਂ ਸਾਨੂੰ ਆਦਤ ਉਹ ਸਟੈਂਡਰਡ ਦੀ ਇੱਕ ਪੈ ਚੁੱਕੀ ਹੈ ਜੀ ਅੱਛਾ ਇੱਕ ਸਵਾਲ ਹੋਰ ਆਇਆ ਜੀ ਮੈਨੂੰ USA ਤੋਂ ਕਹਿੰਦੇ ਘੱਟ ਉਮਰ ਵਿੱਚ ਗੋਡੇ ਆਵਾਜ਼ ਕਰਨ ਲੱਗ ਜਾਂਦੇ ਨੇ ਜਾਂ ਧੌਣ ਦੇ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਧੌਣ ਕਿਰਚ ਕਿਰਚ ਕਰਨ ਲੱਗ ਪੈਂਦੀ ਹੈ ਗੋਡੇ ਕਿੜਕਿੜ ਕਰਨ ਲੱਗ ਪੈਂਦੇ ਕੜਾਕੇ ਪੈਂਦੇ ਨੇ ਇਹ ਕੀ ਚੀਜ਼ਾਂ ਹੁੰਦੀਆਂ ਨੇ ਜੀ ਇਹਨੂੰ ਜੀ ਅਸੀਂ ਕਰੈਕਲਿੰਗ ਸਾਊਂਡਸ ਕਹਿੰਦੇ ਆ ਜਾਂ ਕਰੈਕਲਿੰਗ ਜੁਆਇੰਟਸ ਕਹਿੰਦੇ ਆ ਜੇ ਜੋੜ ਦੇ ਵਿੱਚ ਕੋਈ ਦਰਦ ਨਹੀਂ ਹੈ ਜਾਂ ਜੋੜ ਦੇ ਵਿੱਚ ਕੋਈ ਸੋਜ ਨਹੀਂ ਹੈ ਤੇ ਸਾਊਂਡਸ ਨੂੰ ਬਿਲਕੁਲ ਇਗਨੋਰ ਕਰ ਦੇਣਾ ਚਾਹੀਦਾ ਅੱਛਾ ਜੀ ਹਾਂਜੀ ਤੇ ਸਾਊਂਡ ਹੈ ਜੇ ਉੱਤੇ ਸੋਜਿਸ਼ ਆਉਂਦੀ ਹੈ ਕੁਛ ਹੁੰਦੀ ਹੈ ਫਿਰ ਤੁਹਾਨੂੰ ਆਪਣੇ ਆਰਥੋਪੈਡਿਕ ਸਰਜਨ ਨੂੰ ਦਿਖਾਉਣਾ ਚਾਹੀਦਾ ਇੱਕ ਵਾਰ ਜੀ ਸੋ ਸਾਰੇ ਸਰੋਤਿਆਂ ਨੂੰ ਦੱਸਦੀ ਹੈ ਜੀ ਮੇਰੇ ਨਾਲ ਇਸ ਵਕਤ ਡਾਕਟਰ ਹਰਪਾਲ ਸਿੰਘ ਸੈਲੀ ਜੁੜੇ ਨੇ ਜਿਹੜੇ ਮਾਹਰ ਨੇ ਅਤੇ ਬੜੇ ਦੇਸ਼ਾਂ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਇਹਨਾਂ ਨੇ ਟ੍ਰੇਨਿੰਗ ਲਈ ਹੈ ਅਤੇ ਤੁਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਰਹੇ ਨੇ ਲੁਧਿਆਣਾ ਦੇ ਵਿੱਚ ਡਾਕਟਰ ਸਾਹਿਬ ਤੁਹਾਡਾ ਲੁਧਿਆਣਾ ਦੇ ਵਿੱਚ ਆਪਣਾ ਆਫਿਸਰ ਜਾਂ DMCO ਅੱਜ ਕੱਲ੍ਹ ਮੈਂ ਆਪਣੀ ਕਲੀਨਿਕ ਕਰਦਾ ਜੀ ਮਾਡਲ ਟਾਊਨ 'ਚ ਅਦਰਵਾਈਜ਼ ਮੈਂ DMC 'ਚ ਪ੍ਰੋਫੈਸਰ ਐਂਡ ਯੂਨਿਟ ਹੈੱਡ ਹਾਂ ਜੀ ਅੱਛਾ ਲੁਧਿਆਣੇ ਤੁਹਾਡੇ ਆਪਣਾ ਅਲੱਗ ਕਲੀਨਿਕ ਹੈਗੀ ਹੈ ਜੀ ਹਾਂ DMC ਸਾਨੂੰ ਅਲਾਉ ਕਰਦਾ ਜੀ ਘਰ ਅਸੀਂ ਆਪਣੇ ਕੰਸਲਟੇਸ਼ਨ ਕਰ ਸਕਦੇ ਹਾਂ ਜੀ ਪਰ ਆਪਰੇਸ਼ਨ ਸਾਰੇ ਮੈਂ ਸਿਰਫ DMC 'ਚ ਹੀ ਕਰਦਾ ਜੀ 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 ਤੇ ਇੱਕ ਕਾਲ ਲੈ ਲਈਏ ਜੀ ਗਰੇਵਾਲ ਸਾਹਿਬ ਟਾਲੀ ਵਾਲੇ ਤੋਂ ਤੁਸੀਂ ਆਉਣੇ ਰਹੋ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਦਾਨੇਰੇ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਹੀ ਪਤਾ ਕਰਨਾ ਸੀਗਾ ਜੀ ਜਿਹੜੀ ਤੁਸੀਂ ਆਪ ਹੀ ਦੱਸ ਕੇ ਮੈਂ ਤੁਹਾਡਾ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਸੁਣਨਾ ਜੀ ਤੇ ਇਹਨਾਂ ਦਾ ਫੋਨ ਨੰਬਰ ਜਾਂ ਕੋਈ ਹੋਰ ਲਿੰਕ ਕਰਨ ਵਾਸਤੇ ਡਾਕਟਰ ਸਾਹਿਬ ਨੂੰ ਬੇਨਤੀ ਕਰਦੇ ਆ
ਤੇ ਕਿਸੇ ਦੋਸਤ ਰਿਸ਼ਤੇਦਾਰ ਨੇ ਹੋਵੇ ਤਾਂ ਕੀ ਪਤਾ ਹੈਗਾ, ਦੱਸ ਤਾਂ ਦਿੱਤਾ ਤੁਸੀਂ ਡੀ ਐਮ ਸੀ ਚ ਹੈਗੇ, ਪਰ ਫੋਨ ਨੰਬਰ ਜੇ ਪ੍ਰੋਗਰਾਮ ਤੋਂ ਬਾਅਦ ਉੱਥੋਂ ਲੈ ਲਵਾਂਗੇ ਜੀ, ਮੈਂ ਦੇ ਦਿੰਦਾ ਜੀ ਤੁਹਾਨੂੰ, ਅਨਾਊਂਸ ਵੀ ਕਰ ਦੂੰਗਾ। ਤੇ ਡਾਕਟਰ ਸਾਹਿਬ ਇੱਕ ਹੋਰ ਕੁਆਰੀ ਆਈ ਹੈ ਜੀ, ਕਹਿੰਦੇ ਇਸ ਦੇ ਰੈਮਡੀ ਫਾਰ ਸਿਆਟਿਕਾ ਨਰਵ ਪੇਨ ਜੀ? ਡਿਪੈਂਡਸ ਦੀ 90% ਆਫ ਦੀ ਪੇਸ਼ੈਂਟਸ ਆਫ ਸਿਆਟਿਕਾ ਪੇਨ ਆਪੇ ਹੀ ਠੀਕ ਹੁੰਦੇ ਨੇ ਟਾਈਮ ਦੇ ਨਾਲ, ਜਿਨ੍ਹਾਂ ਨੂੰ ਰੈਸਟ ਦੀ ਲੋੜ ਹੁੰਦੀ ਹੈ, ਦਵਾਈ ਦੀ ਲੋੜ ਹੁੰਦੀ ਹੈ ਤੇ ਐਕਸਰਸਾਈਜ਼ ਦੀ ਲੋੜ ਹੁੰਦੀ ਹੈ। ਅੱਛਾ ਜੀ, ਜਿਹੜੇ ਬਾਕੀ 10% ਰਹਿ ਗਏ ਉਹਨਾਂ ਨੂੰ ਦੁਬਾਰਾ ਫੇਰ ਇੱਕ ਵਾਰੀ ਸਿਆਟਿਕਾ ਦਾ ਅਟੈਕ ਕਿਤੇ ਨਾ ਕਿਤੇ ਆਊਗਾ। ਅੱਛਾ ਜੀ, ਜਿਹੜੇ ਉਹ 10% ਦੇ ਵਿੱਚੋਂ ਵੀ 90% ਬਿਨਾਂ ਆਪਰੇਸ਼ਨ ਤੋਂ ਠੀਕ ਹੁੰਦੇ ਨੇ, ਸੋ ਲੈ ਦੇ ਕੇ ਐਂਡ ਚ 1-2% ਮਰੀਜ਼ ਰਹਿ ਜਾਂਦੇ ਆ ਜੀ, ਜਿਸ ਤੋਂ ਆਪਰੇਸ਼ਨ ਦੀ ਜਾਂ ਕੋਈ ਹੋਰ ਫਰਦਰ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ ਜੀ। ਸੋ ਸਿਆਟਿਕਾ ਤੋਂ ਧਿਆਨ ਜ਼ਰੂਰ ਰੱਖਣਾ ਚਾਹੀਦਾ, ਮੈਂ ਹਮੇਸ਼ਾ ਹੀ ਕਹਿੰਦਾ ਯੂ ਸ਼ੁਡ ਟੇਕ ਕੇਅਰ ਆਫ ਯੂਅਰ ਬੋਡੀ ਜੀ, ਐਂਡ ਲਿਸਨ ਟੂ ਵਟ ਯੂਅਰ ਬੋਡੀ ਇਜ਼ ਟ੍ਰਾਇੰਗ ਟੂ ਟੈਲ ਯੂ। ਜਦੋਂ ਤੁਹਾਡੇ ਵਿੱਚ ਕਿਤੇ ਦਰਦ ਹੁੰਦੀ ਹੈ, ਤੁਹਾਡਾ ਸਰੀਰ ਤੁਹਾਨੂੰ ਇੱਕ ਤਰ੍ਹਾਂ ਦੱਸ ਰਿਹਾ ਹੁੰਦਾ ਵੀ ਮੈਨੂੰ ਇੱਥੇ ਤਕਲੀਫ ਹੈ, ਉਹ ਤਾਂ ਬਿਲਕੁਲ ਜੀ ਬਿਲਕੁਲ। ਹਾਂ, ਤੇ ਉਹਨੂੰ ਉਹਦੀ ਗੱਲ ਸੁਣਨੀ ਚਾਹੀਦੀ ਹੈ, ਉਹਦਾ ਧਿਆਨ ਕਰਨਾ ਚਾਹੀਦਾ। ਪਰ ਸਿਆਟਿਕਾ ਕੋਈ ਐਸੀ ਚੀਜ਼ ਨਹੀਂ ਹੈ ਜਿਹਦੇ ਚ ਹਰੇਕ ਚ ਆਪਰੇਸ਼ਨ ਦੀ ਲੋੜ ਹੁੰਦੀ ਹੈ ਜੀ। ਲਾਸਟ ਕਾਲ ਲਵਾਂਗਾ ਜੀ 9-8-1-4-9 ਦੇ ਉੱਤੇ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ ਜੀ। ਗੋਡਿਆਂ ਦੀ ਪ੍ਰੋਬਲਮ ਆ, ਗੋਡਿਆਂ ਦੀ ਦਵਾਈ ਮੋਗਾ ਸੰਜੀਵ ਹਸਪਤਾਲ ਆ, ਸੰਜੀਵ ਵਾਲਾ ਤੋਂ ਖਾ ਰਹੇ ਅਸੀਂ ਗੋਡਿਆਂ ਦੀ ਦਵਾਈ, ਉਹ ਕਹਿੰਦੇ ਗੋਡੇ ਤੇ ਜੋ ਖੁਰਾਕ ਖਾ ਲੈਂਦੇ ਸਹੀ ਹੋ ਜਾਂਦੇ ਜੀ, ਤੇ ਨਾਲ ਨਾਲ ਰਾਤ ਨੂੰ ਹੱਥ ਆਕੜ ਜਾਂਦੇ ਜੀ, ਆਪਾਂ ਕੰਮ ਕਰਕੇ ਰਾਤ ਨੂੰ ਆਰਾਮ ਕਰਦੇ ਹਾਂ ਉਦੋਂ ਹੱਥ ਮੁੱਠਾਂ ਜਿਹਾ ਮਿੱਚ ਜਾਂਦੀਆਂ, ਮੁੜ ਕੇ ਖੁੱਲਦੀਆਂ ਨੀ। ਉਮਰ ਕਿੰਨੀ ਹੈ ਜੀ? ਉਮਰ 45 ਸਾਲ ਆ ਜੀ। ਇਹ ਤੁਹਾਡੇ ਬਲੱਡ ਟੈਸਟ ਹੋਣੇ ਚਾਹੀਦੇ ਆ ਜੀ, ਜਿੱਦਾਂ ਦੀ ਤੁਸੀਂ ਗੱਲ ਦੱਸ ਰਹੇ ਹੋ ਵੀ ਮੁੱਠੀ ਬੰਦ ਹੁੰਦੀ ਹੈ ਤੇ ਖੁੱਲਦੀ ਨੀ। ਹਾਂਜੀ, ਆਕੜ ਜਾਂਦੀ ਹੈ, ਕੁਣੀ ਤਾਂ ਥੱਲੇ ਥੱਲੇ ਨਾ, ਕੁਣੀ ਤਾਂ ਜਦੋਂ ਦਿਨੇ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਕਰਕੇ ਰਾਤ ਨੂੰ ਆਰਾਮ ਕਰਦੇ ਆ ਕਿ ਬਹੁਤ ਜ਼ਿਆਦੇ ਤਕਲੀਫ ਆਉਂਦੀ ਗੋਡੇ ਦੇ। ਜੋ ਆਪਾਂ ਮੋਗੇ ਵਾਲੀ ਦਵਾਈ ਖਾਂਦੇ ਸੀ ਸੰਜੀਵ ਵਾਲਿਆਂ ਦੀ, ਗੋਡਿਆਂ ਦੀ ਪੇਨ ਘੱਟ ਜਾਂਦੀ ਹੈ ਜੀ, ਦਰਦ ਦੀ ਗੋਲੀ ਨਾਲ ਘਟਦੀ ਹੋਣੀ ਹੈ ਜੀ। ਪਰ ਆਪਣੇ ਪੂਰੇ ਇੱਕ ਵਾਰੀ ਡਾਕਟਰ ਸਾਹਿਬ ਨੂੰ ਮਿਲ ਕੇ ਪੂਰੇ ਪ੍ਰੋਪਰ ਬਲੱਡ ਟੈਸਟ ਕਰਾਓ ਇੱਕ ਵਾਰੀ। ਨਹੀਂ, ਕਰਵਾਈਏ ਕਿੱਥੋਂ ਜੀ? ਉਹ ਤੁਹਾਨੂੰ ਕੋਈ ਆਪਣਾ ਹਸਪਤਾਲ ਜਿੱਥੇ ਹੈਗਾ ਉੱਥੇ ਅਸੀਂ ਪਹੁੰਚ ਜਾਵਾਂਗੇ ਜੀ। ਮੋਗੇ ਤੋਂ ਲੁਧਿਆਣਾ ਕੋਈ ਬਾਹਲਾ ਦੂਰ ਨਹੀਂ ਹੈ ਜੀ ਡਾਕਟਰ ਸਾਹਿਬ। ਹਾਂਜੀ, ਕੋਈ ਨੀ, ਆ ਜਾਓ ਤੁਸੀਂ, ਤੁਹਾਨੂੰ ਦੇਖ ਕੇ ਮੈਂ ਐਡਵਾਈਸ ਕਰ ਦਿਆਂਗਾ ਜੋ ਜੋ ਚੀਜ਼ ਦੀ ਲੋੜ ਹੋਏਗੀ। ਠੀਕ, ਲੁਧਿਆਣੇ ਆ ਜੀ ਆਪਣਾ ਹਸਪਤਾਲ ਹੈ। ਹਾਂਜੀ, ਅੱਛਾ ਡਾਕਟਰ ਸਾਹਿਬ, ਜੇਕਰ ਗਿੱਟਾ ਟੁੱਟ ਜਾਂਦਾ ਜਾਂ ਉਹ ਹੋ ਜਾਂਦਾ ਉਹਦੀ ਵੀ ਕੋਈ ਟ੍ਰੀਟਮੈਂਟ ਹੈ ਜੀ? ਗਿੱਟਾ ਬੜਾ ਕੰਪਲੈਕਸ ਜੁਆਇੰਟ ਹੈ ਜੀ, ਕਿਉਂਕਿ ਬੜੀ ਛੋਟੀ ਜਿਹੀ ਜੋੜ ਹੈ ਜਿਹਦੇ ਚੋਂ ਸਾਰਾ ਸਰੀਰ ਦਾ ਵੇਟ ਨਿਕਲਦਾ ਜੀ। ਆਪਾਂ ਭੱਜਦੇ ਹਾਂ ਤਾਂ ਵੀ, ਜੰਪ ਕਰਦੇ ਹਾਂ ਤਾਂ ਵੀ ਗਿੱਟੇ ਤੇ। ਅੱਜ ਦੀ ਡੇਟ ਚ ਜੋ ਆਧੁਨਿਕ ਟੈਕਨੀਕ ਹੈ ਕਹਿੰਦੀ ਹੈ ਵੀ ਜੇ ਗਿੱਟੇ ਦਾ ਫ੍ਰੈਕਚਰ ਹੁੰਦਾ ਤੇ ਮਾੜਾ ਜਿਹਾ ਵੀ ਹਿੱਲਿਆ ਤਾਂ ਅਸੀਂ ਉਹਦਾ ਆਪਰੇਟ ਕਰਦੇ ਹਾਂ, ਬਿਕੋਜ਼ ਵੀ ਡੂ ਨਾਟ ਵਾਂਟ ਈਵਨ 2 mm ਆਫ ਡਿਸਪਲੇਸਮੈਂਟ, ਮਤਲਬ 2 mm ਵੀ ਹਿੱਲਿਆ ਹੋਏ ਤਾਂ ਅਸੀਂ ਕਹਿੰਦੇ ਵੀ ਇਹਨੂੰ ਆਪਰੇਟ ਕਰਕੇ ਸੈੱਟ ਕਰ ਦਈਏ ਪੂਰਾ ਜੀ। ਪਾਕਿਸਤਾਨ ਤੋਂ ਗੁੱਜਰ ਅਤੀਕ ਗੁੱਜਰ ਜੀ ਦਾ ਇੱਕ ਸਵਾਲ ਹੈ ਜੀ, ਉਹ ਫੈਸਲਾਬਾਦ ਤੋਂ ਨੇ। ਉਹ ਕਹਿੰਦੇ ਡਾਕਟਰ ਸਾਹਿਬ, ਮੇਰਾ ਕਹਿੰਦੇ ਵੀ ਗੋਡਿਆਂ ਦੇ ਵਿੱਚ ਕਹਿੰਦੇ ਅਕਸਰ ਪੇਨ ਹੁੰਦੀ ਹੈ, ਅਤੇ ਪੇਨ ਜਦੋਂ ਹੁੰਦੀ ਹੈ ਤਾਂ ਕੰਬਾ ਚੜ੍ਹਦਾ, ਕੰਬ ਕਮਾਉਂਦੇ ਆ ਜੀ, ਘੰਟਾ ਘੰਟਾ ਕਹਿੰਦੇ ਪੇਨ ਹੁੰਦੀ ਹੈ, ਉਮਰ ਸਿਰਫ 25 ਸਾਲ ਹੈ। ਇਹ ਤਾਂ ਜੀ ਗੋਡੇ ਦੀ ਦਰਦ ਦਾ ਕੰਬੇ ਨਾਲ ਕੋਈ ਲੈਣਾ ਦੇਣਾ ਹੋਣਾ ਨਹੀਂ ਚਾਹੀਦਾ, ਅਨਲੈਸ ਕੋਈ ਇਨਫੈਕਸ਼ਨ ਹੋਵੇ ਜੀ। ਬੈਸਟ ਇਹੀ ਹੋਊਗਾ ਵੀ ਉੱਥੇ ਆਪਣੇ ਕਿਸੇ ਆਰਥੋਪੈਡਿਕ ਸਰਜਨ ਨੂੰ ਦਿਖਾ ਕੇ ਪ੍ਰੋਪਰ ਟ੍ਰੀਟਮੈਂਟ ਲੈਣ ਜੀ। ਤੁਸੀਂ ਨੰਬਰ ਨੋਟ ਕਰ ਲੋ ਜੀ, ਇੱਥੇ ਅਪਾਇੰਟਮੈਂਟ ਲੈ ਕੇ ਆਉਣਾ ਪਏਗਾ, 9915050 ਠੀਕ ਹੈ ਜੀ, 22527 ਦੇਸੀ ਤੇਲ ਜਿਹੜਾ ਸਰੋਂ ਦਾ, ਇਹ ਵੀ ਮਾਲਿਸ਼ ਗੋਡਿਆਂ ਲਈ ਕਿੰਨਾ ਫਾਇਦੇਮੰਦ ਰਹਿੰਦੀ ਆ? ਜੇ ਨਹੀਂ ਦੁਖਦੀ ਤਾਂ ਕੋਈ ਸਰਵਾਈਵ ਕਰ ਸਕਦੇ ਲੌਂਗ ਟਾਈਮ ਤੱਕ, ਜਾਂ ਉਹ ਜਿਹੜੀ ਬਿਮਾਰੀ ਨੂੰ ਦੱਸਦੀ ਨੇ ਲੱਗਣਾ ਹੀ ਹੁੰਦਾ ਚਾਹੇ ਦੀ ਸ਼ੱਕ ਪੱਕਣ ਲਈ? ਗੱਲ ਹੈ ਜੀ, ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਜਵਾਬ ਬਦਲ ਕੇ ਦਊਂਗਾ ਜੀ। ਗੋਡਿਆਂ ਵਾਸਤੇ, ਕੱਲਿਆਂ ਵਾਸਤੇ ਜੇ ਸਰੋਂ ਦਾ ਤੇਲ ਹੈ ਜਾਂ ਕੋਈ ਵੀ ਤੇਲ ਹੈ, ਦੈਟ ਡਜ਼ਨਟ ਮੈਟਰ ਜੀ, ਮਾਲਿਸ਼ ਕੋਈ ਨਹੀਂ ਹੈ। ਪਰ
जेंटल जी मालिश कोई भी तेल नाल होवे, मैं तुहानू इह याद कराऊंगा, जे तुसी अपने ग्रैंडफादर दादा जी या नाना जी दा टाइम याद करो जी, तां ऐतवार नूं सारे थोड़ा जिहा सरों दा तेल या कोकोनट ऑयल लगा के ते धुप्पे लेटदे हुंदे सी। बिलकुल जी, बिलकुल बिलकुल, हांजी। सो इह इन्ना कर लो तुहाडे गोड्यां नूं कि पूरे शरीर नूं भी इहदा फर्क पाऊगा। लो जी, क्या बात है जी, सारे शरीर नूं। डॉक्टर साहब, तुसीं हरपाल, डॉक्टर हरपाल सिंह सैली जी बहुत कुछ दसता। अच्छा, एक चीज़ होर है जी कि जिहड़े हत्थ सौं जांदे ने, उंगलां दे टिप्स सौं जांदे ने, कि इहदा भी किसी नर्वस जां बोन साडी जिहड़ी हैगी रीढ़ दी हड्डी जां सर्वाइकल नाल संबंध हुंदा जी कोई? सर्वाइकल नाल घट जी, जो तुसीं टिपिकली डिस्क्राइब कर रहे हो असीं कारपल टनल सिंड्रोम कहिंदे आ जी। रिस्ट जॉइंट ते अपनी जिहड़ी उंगलां नूं नस सप्लाई करदी है ओह लंघदी है, ओह इक बैंड दे थल्ले दब जांदी है जी। ਇਹ ਜ਼ਿਆਦਾਤਰ ਫੀਮੇਲ ਦੇ ਵਿੱਚ ਹੁੰਦਾ ਹੈ, ਔਰ ਖਾਸ ਕਰਕੇ ਜਿਹਨਾਂ ਨੂੰ ਥਾਇਰਾਇਡ ਦੀ ਸ਼ਿਕਾਇਤ ਹੋਵੇ ਉਹਨਾਂ 'ਚ ਜ਼ਿਆਦਾ ਹੁੰਦਾ ਹੈ ਜੀ। ਤਾਂ ਉਹ ਜੇ ਨਸ ਦੱਬ ਜਾਂਦੀ ਹੈ ਇੱਕ ਲਿਮਿਟ ਤੋਂ ਵੱਧ, ਉਹਦੇ 'ਚ ਜੇ ਉਹਦੇ ਕਰੰਟ ਜਾਣ ਦੀ ਸ਼ਮਤਾ ਘੱਟਦੀ ਹੈ ਜੀ, ਫਿਰ ਇੱਕ ਛੋਟਾ ਜਿਹਾ ਆਪਰੇਸ਼ਨ ਕਰਕੇ ਉਹ ਨਸ ਨੂੰ ਖੋਲ ਦਿੰਦੇ ਹਾਂ ਅਸੀਂ, ਤਾਂ ਕਿ ਉੱਤੇ ਪ੍ਰੈਸ਼ਰ ਜਿਹੜਾ ਉਹ ਹਟ ਜਾਵੇ ਜੀ। ਜੀ ਜੀ, ਹਾਂਜੀ। ਤੇ USA ਤੋਂ ਕਾਲ ਹੈ ਜੀ, ਕਾਲਾ ਜੀ ਬਸ। ਅੱਛਾ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਪਲੀਜ਼ ਤੁਹਾਡਾ ਸ਼ੁਕਰੀਆ, ਤੁਸੀਂ ਸਮਾਂ ਦੇਣ ਦੇ ਲਈ, ਤੁਸੀਂ ਸਾਨੂੰ ਟਾਈਮ ਦਿੱਤਾ, ਸਾਡੇ ਲਿਸਨਰਸ ਨਾਲ ਵਰਲਡ ਵਾਈਡ ਤੁਸੀਂ ਕਾਲ ਕੀਤੀ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਮਿਹਰਬਾਨੀ ਜੀ, ਫਿਰ ਸਮਾਂ ਲੱਗਿਆ ਜ਼ਰੂਰ ਤੁਹਾਡੇ ਨਾਲ ਫਿਰ ਗੱਲਬਾਤ। ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ।